ਫ੍ਰੈਕਚਰ ਹੱਡੀ ਦਾ ਟੁੱਟਣਾ। ਹੁਣ ਅਸੀਂ ਡਿਸਕਸ ਕਰਾਂਗੇ ਫ੍ਰੈਕਚਰ ਬਾਰੇ। ਇੰਟਰੋਡਕਸ਼ਨ ਆਫ ਫ੍ਰੈਕਚਰ, ਇਸ ਵਿੱਚ ਅਸੀਂ ਗੱਲ ਕਰਾਂਗੇ ਫ੍ਰੈਕਚਰ ਕੀ ਹੈ, ਕਾਜ਼ਿਸ, ਕਿਹੜੇ ਕਿਹੜੇ ਕਾਰਨਾਂ ਕਰਕੇ ਫ੍ਰੈਕਚਰ ਹੋ ਸਕਦਾ ਹੈ ਜਾਂ ਫ੍ਰੈਕਚਰ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ। ਸਾਈਨ ਐਂਡ ਸਿਮਟਮਸ, ਜਿਸ ਪੇਸ਼ੈਂਟ ਨੂੰ ਫ੍ਰੈਕਚਰ ਹੋਇਆ ਹੈ ਉਹ ਕਿਹੜੇ ਸਾਈਨ ਐਂਡ ਸਿਮਟਮ ਸ਼ੋ ਕਰੇਗਾ। ਫਸਟ ਏਡ ਮੈਨੇਜਮੈਂਟ, ਮੁੱਢਲੀ ਸਹਾਇਤਾ, ਅਗਰ ਕਿਸੇ ਨੂੰ ਫ੍ਰੈਕਚਰ ਹੋਇਆ ਹੈ ਜਾਂ ਕਿਸੇ ਦੀ ਹੱਡੀ ਟੁੱਟੀ ਹੈ ਤਾਂ ਅਸੀਂ ਉਸਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਡੂ ਐਂਡ ਡੂ ਨਾਟ, ਜਦੋਂ ਕਿਸੇ ਦੀ ਹੱਡੀ ਟੁੱਟੀ ਹੈ, ਜਦੋਂ ਅਸੀਂ ਉਸ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇ ਰਹੇ ਹਾਂ ਤਾਂ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਹੜੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਇੰਟਰੋਡਕਸ਼ਨ ਆਫ ਫ੍ਰੈਕਚਰ। ਫ੍ਰੈਕਚਰ ਇਜ਼ ਅ ਬ੍ਰੇਕ ਔਰ ਕਰੈਕਡ ਇਨ ਦ ਕੰਟੀਨਿਊਟੀ ਆਫ ਬੋਨ। ਫ੍ਰੈਕਚਰ ਦਾ ਕੀ ਮਤਲਬ ਹੈ? ਜਦੋਂ ਸਾਡੀ ਹੱਡੀ ਟੁੱਟਦੀ ਹੈ ਜਾਂ ਫਿਰ ਕਰੈਕ ਹੁੰਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਫ੍ਰੈਕਚਰ। ਤੁਸੀਂ ਇਸ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਇਹ ਹੱਡੀ ਦੋ ਪਾਰਟਸ ਵਿੱਚ ਬ੍ਰੇਕ ਹੋਈ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਹੱਡੀ ਦਾ ਟੁੱਟਣਾ। ਫ੍ਰੈਕਚਰ ਅਕਰਸ ਡਿਊ ਟੂ ਫੋਰਸ ਅਪਲਾਈਡ ਬਾਏ ਐਨ ਐਕਸਟਰਨਲ ਸੋਰਸ। ਐਕਸਟਰਨਲ ਸੋਰਸ ਮਤਲਬ ਕੋਈ ਬਾਹਰੀ ਫੋਰਸ ਲੱਗਣੀ, ਇਨ ਕੇਸ ਆਫ ਐਕਸੀਡੈਂਟ ਜਾਂ ਫਿਰ ਫਾਈਟ ਟਾਈਮ, ਜਦੋਂ ਸਾਡੀ ਹੱਡੀ ਉੱਪਰ ਜ਼ੋਰ ਪੈਂਦਾ ਹੈ ਉਸ ਕਾਰਨ ਹੱਡੀ ਟੁੱਟਦੀ ਹੈ। ਇਨ ਕੇਸ ਆਫ ਫ੍ਰੈਕਚਰ ਟਿਸ਼ੂਜ਼, ਜੁਆਇੰਟਸ, ਮਸਲਸ ਆਲ ਆਰ ਇਨਵੋਲਵਡ। ਜਦੋਂ ਹੱਡੀ ਟੁੱਟਦੀ ਹੈ ਉਸ ਦੇ ਕਾਰਨ ਸਾਡੇ ਟਿਸ਼ੂਜ਼, ਜੁਆਇੰਟਸ ਐਂਡ ਮਸਲਸ ਸਾਰੇ ਜਿਹੜੇ ਨੇ ਉਹ ਡੈਮੇਜ ਹੁੰਦੇ ਨੇ। ਇਟ ਆਲਸੋ ਡੈਮੇਜ ਬਲੱਡ ਵੈਸਲਸ ਐਂਡ ਨਰਵਸ। ਫ੍ਰੈਕਚਰ ਹੋਣ ਦੇ ਕਾਰਨ ਸਾਡੀਆਂ ਬਲੱਡ ਵੈਸਲਸ ਮਤਲਬ ਖੂਨ ਵਾਲੀਆਂ ਨਾੜੀਆਂ ਅਤੇ ਨਰਵਸ ਇਹ ਵੀ ਡੈਮੇਜ ਹੋ ਸਕਦੀਆਂ ਨੇ। ਫ੍ਰੈਕਚਰ ਇਜ਼ ਨਾਟ ਅ ਫੈਟਲ ਕੰਡੀਸ਼ਨ ਬਟ ਨੀਡਸ ਐਮਰਜੈਂਸੀ ਕੇਅਰ ਟੂ ਪ੍ਰੀਵੈਂਟ ਫਰਦਰ ਕੰਪਲੀਕੇਸ਼ਨਸ। ਫ੍ਰੈਕਚਰ ਜ਼ਿਆਦਾ ਖਤਰਨਾਕ ਕੰਡੀਸ਼ਨ ਨਹੀਂ ਹੈ, ਪਰ ਅਗਰ ਅਸੀਂ ਫ੍ਰੈਕਚਰ ਨੂੰ ਐਮਰਜੈਂਸੀ ਕੇਅਰ ਨਹੀਂ ਦੇਵਾਂਗੇ ਤਾਂ ਹੋ ਸਕਦਾ ਹੈ ਇਸ ਕਾਰਨ ਸਾਡੇ ਮਸਲਸ, ਬਲੱਡ ਵੈਸਲਸ, ਜੁਆਇੰਟਸ ਜ਼ਿਆਦਾ ਡੈਮੇਜ ਹੋ ਜਾਣ। ਇਹ ਸੀ ਇੰਟਰੋਡਕਸ਼ਨ ਆਫ ਫ੍ਰੈਕਚਰ।